ਤਲੋ ਅੱਜ ਦਾ ਇਹ ਆਰਟੀਕਲ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੇ ਵਿੱਚ ਕੁਝ ਇਸ ਪ੍ਰਕਾਰ ਹੈ ਔਰ ਇਹ ਪੰਜਾਬੀ ਦੇ BBC ਦੇ ਜਿਹੜੇ ਹਨ ਉਸ ਵਿਭਾਗ ਵੱਲੋਂ ਜੋ ਹੈ ਸ਼ਾਇਆ ਕੀਤਾ ਗਿਆ ਉਹ ਤੁਹਾਡੀ ਨਜ਼ਰ ਕਰ ਲੱਗੇ ਹੈ ਕਰੋਨਾ ਵਾਇਰਸ ਕੋਵਿਡ-19 ਦਾ ਪੰਜਾਬ ਵਾਰ ਤਬਦੀਲ ਹੋਇਆ ਵੈਰੀਐਂਟ ਆਓ ਜਾਣਦੇ ਹਾਂ ਕਿੰਨਾ ਕੋ ਖਤਰਨਾਕ ਹੈ ਕਿੰਦਰ ਕਿੰਨੇ ਕੇਸ ਨੇ ਤੇ ਵੈਕਸਿਨ ਕਿੰਨੀ ਕੀਤੇ ਸਰਦਾਰ ਹੈ ਜੇਮਸ ਗਲੇਹਰ ਸਿੱਧ ਤੱਤ ਵਿਗਿਆਨ ਪਤ్రਕਾਰ ਅਖਬਾਰ ਹੈ ਬੀਬੀਸੀ ਪੰਜਾਬੀ ਤੁਹਾਨੂੰ ਕਰਦਾ ਆਪ ਜੀ ਨੂੰ ਪਸੰਦ ਆਵੇਗਾ ਆਪ ਦੀ ਨੌਲੇਜ ਦੇ ਵਿੱਚ ਇੱਕ ਖਤਰਨਾਕ ਜਿਹੜਾ ਨਵਾਂ ਵੈਰੀਐਂਟ ਹੈ ਉਹ ਤੋਂ ਆਪਾਂ ਜਾਣ ਸਕਾਂਗੇ ਇੱਕ ਜੋ ਵਿਗਿਆਨੀ ਨੇ ਇਸ ਨਵੇਂ ਵੈਰੀਐਂਟ ਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਭਿਆਨਕ ਦੱਸਿਆ ਹੈ ਭਿਆਨਕ ਬਹੁਤ ਖਤਰਨਾਕ ਅਸੀਂ ਇਹ ਕੋ ਡਰਾਉਣ ਵਾਸਤੇ ਨਹੀਂ ਪੇਸ਼ ਕਰ ਰਹੇ ਡਰਉਣ ਵਾਸਤੇ ਨਹੀਂ ਆ ਇਸ ਸਿਰਫ ਤੇ ਸਿਰਫ ਸਾਨੂੰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਸੁਚੇਤ ਕਰਨ ਵਾਸਤੇ ਆ ਸਾਨੂੰ ਪਤਾ ਇਹੋ ਜੀਆਂ ਚੀਜ਼ਾਂ ਤੁਸੀਂ ਸ਼ੇਅਰ ਨਹੀਂ ਕਰਨੀਆਂ ਕਿਉਂਕਿ ਇਹ ਚੀਜ਼ਾਂ ਗਾਂਹ ਕਿਸ ਦਾ ਫਾਇਦਾ ਕਰਦਨ ਉਹ ਅਸੀਂ ਚਾਹੁੰਦੇ ਨਹੀਂ ਹਨਾ ਅਸੀਂ ਤਾਂ ਚਾਹੁੰਦੇ ਆ ਕਿ ਤੂੰ ਤੜਾਕੂ ਵਾਲੀਆਂ ਪੁੱਠੀਆਂ ਸਿੱਧੀਆਂ ਹਿੰਟ ਜੇ ਪਾਏ ਹੋਣ ਤੇ ਉਹ ਬਸ ਗਾਂਹ ਕਰਨੀਆਂ ਨੇ ਅਸੀਂ ਸ਼ੇਅਰ ਇਹ ਸਾਡੀ ਫੇਤਰਤਾ ਹੈ ਅਸੀਂ ਇੰਨੇ ਸੈਲਫਿਸ਼ ਹੋ ਗਏ ਚੰਗੀ ਚੀਜ਼ ਨਹੀਂ ਪਰਾਸੀ ਆਪਣਾ ਫਰਜ਼ ਨਿਭਾਰੇ ਚੰਗੀ ਚੀਜ਼ ਨਹੀਂ ਸ਼ੇਅਰ ਕਰਨੀ ਜੇ ਹੋ ਸਕੇ ਤਾਂ ਸ਼ੇਅਰ ਕਰ ਦਿਓ ਧੰਵਾਦੀ ਹੋਗੇ ਸਬਸਕ੍ਰਾਈਬ ਕਰ ਸਕਦੇ ਹੋ ਜਿੰਨੀ ਵੱਡੀ ਤਦਾਦ ਦੇ ਵਿੱਚ ਧੰਵਾਦੀ ਹੋਵਾਂਗੇ ਇੱਕ ਵਿਗਿਆਨੀ ਨੇ ਇਸ ਨੂੰ ਕਾਜ ਦਾ ਨਵਾਂ ਵੇਰੀਐਂਟ ਆਇਆ ਨਵਾਂ ਨਾਮ ਦਿੱਤਾ ਜਾ ਹੈ ਇਸ ਨੂੰ ਭਿਆਨਕ ਦੱਸਿਆ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਚਿੰਤਾ ਜਤਾਇਆ ਰਹੀ ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਮਿਊਟੇਸ਼ਨ ਵਾਲਾ ਵੈਰੀਐਂਟ ਦੱਸਿਆ ਗਿਆ ਹੈ ਮਿਊਟੇਸ਼ਨ ਤੋਂ ਪਾਬ ਹੈ ਕਿ ਵਾਇਰਸ ਦਾ ਸਰੂਪ ਬਦਲਣਾ ਆਪਣਾ ਚਿਹਰਾ ਬਦਲਣਾ ਆਪਣਾ ਰੂਪ ਬਦਲਣਾ ਇਸ ਵਿੱਚ ਇੰਨੀ ਜ਼ਿਆਦਾ ਮਿਊਟੇਸ਼ਨ ਹਨ ਕਿ ਇਸ ਨੂੰ ਇੱਕ ਵਿਗਿਆਨੀ ਨੇ ਭਿਆਨਕ ਖਤਰਨਾਕ ਦੱਸਿਆ ਤੇ ਦੂਜੇ ਵਿਗਿਆਨੀ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਖਰਾਬ ਵੈਰੀਐਂਟ ਦੱਸਿਆ ਇਹਦੇ ਸਾਹਮਣੇ ਆਉਣ ਤੋਂ ਬਾਅਦ ਸਵਾਲ ਉੱਠ ਲੱਗੇ ਹਨ ਕਿ ਨਵਾਂ ਵੈਰੀਐਂਟ ਕਿੰਨਾ ਖਤਰਨਾਕ ਹੈ ਵੈਕਸੀਨ ਦੇ ਬਾਵਜੂਦ ਵੀ ਇਹ ਕਿੰਨੀ ਤੇਜ਼ੀ ਨਾਲ ਫੈਲ ਸਕਦਾ ਹੈ ਤੇ ਇਸ ਨੂੰ ਲੈ ਕੇ ਹੁਣ ਕਰਨਾ ਕੀ ਚਾਹੀਦਾ ਹੈ ਫਿਲਹਾਲ ਇਸ ਨੂੰ ਲੈ ਕੇ ਕਈ ਕਿਆਸ ਲਗਾਏ ਜਾ ਰਹੇ ਹਨ ਪਰ ਅਜੇ ਕੁਝ ਵੀ ਸਵਾਲਾਂ ਦੇ ਜਵਾਬ ਮਿਲ ਸਕੇ ਹਨ ਕੁਝ ਹੀ ਵਿਸ਼ਵ ਸਿਹਤ ਸੰਗਠਨ ਮੁਤਾਬਕ 24 ਨਵੰਬਰ ਬਾਅਦ ਪਰ ਸੰਵਾਦ 26 ਹੈ 2021 ਤੱਕ ਪੂਰੀ ਦੁਨੀਆ ਵਿੱਚ ਕਰੋਨਾ ਵਾਇਰਸ ਦੇ 25 ਕਰੋੜ 88 ਲੱਖ 30 ਹਜ਼ਾਰ 438 ਮਾਮਲੇ ਸਾਹਮਣੇ ਆਏ ਹਨ ਜਦਕਿ ਭਾਰਤ ਵਿੱਚ ਹੀ ਸਿਰਫ ਇਹਨਾਂ ਦੀ ਗਿਣਤੀ 3 ਕਰੋੜ 45 ਲੱਖ 44 ਹਜ਼ਾਰ 882 ਦਸੀ ਹੈ ਇਹ ਥਾਤਾ ਹੋ ਸਕਦਾ ਹੈ ਕਰੋਨਾ ਵਾਇਰਸ ਅਸਲ ਵਿੱਚ ਇੱਕ ਵੱਡੇ ਵਾਇਰਸ ਦੇ ਪਰਿਵਾਰ ਨਾਲ ਸੰਬੰਧਿਤ ਹੈ ਜੋ ਇਨਸਾਨ ਜਾਂ ਜਾਨਵਰਾਂ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਕਰੋਨਾ ਵਾਇਰਸ ਇਨਸਾਨ ਵਿੱਚ ਆਮ ਆਦਤ ਇਹ ਹੈ ਸਰਦੀ ਜ਼ੁਕਾਮ ਤੋਂ ਲੈ ਕੇ ਜਿਆਦਾ ਗੰਭੀਰ ਸਾਦੀ ਬਿਮਾਰੀ ਸੀਵਰ ਐਕਿਊਟ ਰੈਸਪੀਰੇਟਰੀ ਸਿੰਡਰੋਮ ਪਾਵ SARS ਦਾ ਕਾਰਨ ਮੰਨਿਆ ਜਾਂਦਾ ਹੈ ਵਿਗਿਆਨੀਆਂ ਨੇ ਇਸ ਨੂੰ ਸੀਵਰ ਐਕਿਊਟ ਰੈਸਪੀਰੇਟਰੀ ਸਿੰਡਰੋਮ ਕਰੋਨਾਵਾਇਰਸ 2 ਜਾਂ SARS-CoV-2 ਦਾ ਨਾਮ ਦਿੱਤਾ ਹੈ ਕਿਉਂਕਿ ਇਹ 2019 ਵਿੱਚ ਸਾਹਮਣੇ ਆਇਆ ਇਸ ਲਈ ਇਸ ਨੂੰ ਕੋਵਿਡ 19 ਵੀ ਕਿਹਾ ਜਾਂਦਾ ਹੈ ਹੁਣ ਸਾਨੂੰ ਇਸ ਬਾਰੇ ਹੁਣ ਤੱਕ ਕੀ ਪਤਾ ਹੈ ਇਹ ਵੀ ਬੜਾ ਵੱਡਾ ਸਵਾਲ ਹੈ ਕੁਐਸਚਨ ਹੈ ਨਾ ਕਿ ਦੇ ਬਾਰੇ ਅਸੀਂ ਕਿੰਨੀ ਕੀ ਇਨਫੋਰਮੇਸ਼ਨ ਜਾਣਦੇ ਆ ਕੋਵਿਡ-19 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 ਆ ਕਰ ਲੋ ਉਹ ਕਰ ਲੋ ਸਾਨੂੰ ਇਹਦੇ ਬਾਰੇ ਕੀ ਪਤਾ ਹੈ ਵਿਗਿਆਨੀ ਅਖਬਾਰ ਪੱਤਰਕਾਰ ਕੀ ਕਹਿੰਦਾ ਹੈ ਕਿ ਇਹ ਨਵੇਂ ਵੈਰੀਐਂਟ ਨੂੰ B11529 ਕਿਹਾ ਜਾ ਰਿਹਾ ਹੈ ਅਤੇ ਸ਼ੁਕਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਭਾਵ ਅੱਜ ਜਦੋਂ ਇਹ ਲੇਖ ਵਿੱਚ ਪੜ ਰਹੇ ਇਸ ਨੂੰ α ਤੇ δੈਲਟਾ ਵੇਰੀਐਂਟ ਵਾਂਗ ਇੱਕ ਗ੍ਰੀਕ ਨਾਂ ਦਿੱਤਾ ਗਿਆ ਹੈ ਗ੍ਰੀਕ ਨਾਂ ਇਸ ਨੂੰ ਬਹੁਤ ਜ਼ਿਆਦਾ ਮਿਊਟੈਂਟ ਦੱਸਿਆ ਜਾ ਰਿਹਾ ਹੈ ਜਿਸ ਦਾ ਮਤਲਬ ਹੈ ਕਿ ਇਹ ਬਹੁਤ ਜ਼ਿਆਦਾ ਪਰਵਰਤਨਸ਼ੀਲ ਹੈ ਸੰਭਵ ਹੈ ਕਿ ਉਸ ਪਹਿਲੇ ਵਾਇਰਸ ਮੁਤਾਬਕ ਤਿਆਰ ਕੀਤੇ ਗਏ ਟੀਕੇ ਇਸ ਨਵੇਂ ਵੇਰੀਐਂਟ ਤੇ ਕਾਮਯਾਬ ਨਾ ਹੋਣ ਲੋ ਕਰ ਲੋ ਗੱਲ ਇਹ ਵਿਗਿਆਨੀ ਕਹਿ ਰਹੇ ਨੇ ਦੱਖਣੀ ਅਫਰੀਕਾ ਵਿੱਚ ਸੈਂਟਰ ਫਾਰ ਐਪੀਡੈਮਿਕ ਰਿਸਪਾਂਸ ਐਂਡ ਇਨੋਵੇਸ਼ਨ ਡਾਇਰੈਕਟਰ ਪ੍ਰੋਫੈਸਰ ਟੋਲਿਓ ਡੇ 올ਿਵੇਰਾ ਨੇ ਕਿਹਾ ਹੈ ਕਿ ਇਥੇ ਇੱਕ ਮਹੱਤਵਪੂਰਨ ਦਾ ਅਸਾਧਾਰਨ ਸਮੂਹੀ ਅਤੇ ਇਹ ਪਹਿਲਾਂ ਫੈਲੇ ਹੋਏ ਵੇਰੀਐਂਟਸ ਤੋਂ ਬਹੁਤ ਵੱਖਰਾ ਸੀ ਉਹਨਾਂ ਨੇ ਕਿਹਾ ਹੈ ਕਿ ਇਸ ਵੇਰੀਐਂਟ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ ਪਰੇਸ਼ਾਨ ਕਰ ਦਿੱਤਾ ਹੈ ਇਹ ਤੇਜ਼ੀ ਨਾਲ ਵਧਿਆ ਅਤੇ ਹੋਰ ਕਈ ਸਾਰੇ ਪਰਵਰਤਨ ਵੀ ਜਿਨ੍ਹਾਂ ਦੀ ਸਾਨੂੰ ਉਮੀਦ ਸੀ মিডিਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਪ੍ਰੋਫੈਸਰ ਨੇ ਦੱਸਿਆ ਹੈ ਕਿ ਇਸ ਵਿੱਚ ਕੁੱਲ ਮਿਲਾ ਕੇ 50 ਇੱਕ ਨਹੀਂ 50 50 ਮਿਊਟੇਸ਼ਨ ਹੋਏ ਹਨ ਹੁਣ ਤੱਕ ਅਤੇ 30 ਤੋਂ ਵੱਧ ਮਿਊਟੇਸ਼ਨ ਸਪਾਈਕ ਪ੍ਰੋਟੀਨ ਵਿੱਚ ਹੋਏ ਜੋ ਕਿ ਸਰੀਰ ਦੇ ਸੈੱਲਾਂ ਤੱਕ ਪਹੁੰਚਣ ਲਈ ਵਾਇਰਸ ਦਾ ਮੁੱਖ ਸਾਧਨ ਹੈ ਤੇ ਜਿਆਦਾ ਵੈਕਸੀਨ ਇਸੇ ਹਿੱਸੇ ਤੇ ਪ੍ਰਭਾਵ ਪਾਉਂਦੀ ਹੈ ਇਸ ਪੈਟਰਨ ਬਾਈਡਿੰਗ ਡੋਮੇਨ ਇਹ ਵਾਇਰਸ ਦਾ ਉਹ ਹਿੱਸਾ ਹੈ ਜੋ ਸਾਡੇ ਸਰੀਰ ਦੇ ਸੈੱਲਾਂ ਨਾਲ ਸਭ ਤੋਂ ਪਹਿਲਾਂ ਸੰਪਰਕ ਕਰਦਾ ਹੈ ਇਸ ਵਿੱਚ ਹੋਰ ਜ਼ੂਮ ਇਨ ਕਰਨ ਤੇ ਦੇਖਿਆ ਗਿਆ ਹੈ ਕਿ ਦੁਨੀਆ ਵਿੱਚ ਤਬਾਹੀ ਮਚਾਉਣ ਵਾਲੇ ਡੈਲਟਾ ਵੈਰੀਐਂਟ ਦੇ ਮੁਕਾਬਲੇ ਇਸ ਵਿੱਚ 10 ਬਦਲਾ 10 ਹੁਣ ਸਵਾਲ ਇਹ ਪੈਦਾ ਹੁੰਦਾ ਹੈ ਦੋਸਤੋ ਕਿ ਵੈਕਸੀਨ ਕਿੰਨੀ ਅਸਰਦਾਰ ਹੈ ਜਿਹੜੀ ਅਸੀਂ ਲਵਾ ਚੁੱਕੇ ਹਾਂ ਮੋਢਿਆਂ ਤੇ ਬੂਸਟਰ ਵੀ ਕਈ ਲੈ ਚੁੱਕੇ ਨੇ ਬੱਚਿਆਂ ਤੱਕ ਰਿ ਵਿਆਪਨ ਦੇ ਰਹੇ ਹੁਣ ਸਵਾਲ ਇਹ ਵੀ ਫਾਇਦਾ ਹੁੰਦਾ ਹੈ ਕਿ ਇਸ ਨਵੇਂ ਵੇਰੀਐਂਟ ਤੇ ਵੈਕਸੀਨ ਕਿੰਨੀ ਨਵਾਂ ਜਿਹੜਾ ਇਹਨੇ ਰੂਪ ਬਦਲਿਆ ਕਿੰਨੀ ਕਸਰਦਾਰ ਹੈ ਅਜਿਹੇ ਪਰਵਰਤਨ ਵਾਲਾ ਵੇਰੀਐਂਟ ਸਿਰਫ ਅਜਿਹੇ ਕਿਸੇ ਇਕੱਲੇ ਮਰੀਜ਼ ਵਿੱਚੋਂ ਆ ਸਕਦਾ ਹੈ ਜੋ ਵਾਇਰਸ ਨੂੰ maat na de sakya hoy ਜਿਆਦਾ ਬਦਲਾਅ ਦਾ ਮਤਲਬ ਹਮੇਸ਼ਾ ਇਹ ਨਹੀਂ ਹੁੰਦਾ ਕਿ ਇਹ ਬੁਰਾ ਹੀ ਹੋਵੇਗਾ ਇਹ ਜਾਨਣਾ ਵੀ ਬਹੁਤ ਜ਼ਰੂਰੀ ਹੈ ਕਿ ਇਹ ਬਦਲਾਅ ਆਖਰਕਾਰ ਕੀ ਰਹੇ ਹਨ ਸਵਾਲ ਤਾਂ ਇਹ ਵੀ ਹੈ ਨਾ ਪਰ ਚਿੰਤਾ ਦੀ ਗੱਲ ਅਖਬਾਰ ਕਹਿੰਦਾ ਹੈ ਕਿ ਇਹ ਹੈ ਕਿ ਵਾਇਰਸ ਦਾ ਰੂਪ ਹੁਣ ਚੀਨ ਦੇ ਵਾਨ ਵਿੱਚ ਮਿਲੇ ਪਹਿਲੇ ਵਾਇਰਸ ਨਾਲੋਂ ਬਹੁਤ ਵੱਖਰਾ ਹੈ ਬਹੁਤ ਇਸ ਦਾ ਮਤਲਬ ਹੈ ਕਿ ਹੋ ਸਕਦਾ ਹੈ ਕਿ ਉਸ ਪਹਿਲੀ ਵਾਇਰਸ ਮੁਤਾਬਕ ਤਿਆਰ ਕੀਤੀ ਗਈ ਵੈਕਸੀਨ ਹੁਣ ਕਾਮਯਾਬ ਨਾ ਹੋਵੇ ਹੋ ਸਕਦਾ ਹੈ ਤੇ ਸੋ ਹੋ ਸਕਦਾ ਦੇ ਵਿੱਚ ਬੜੀਆਂ ਗੁੰਜਲਾਂ ਨੇ ਪਹਿਲਾਂ ਹੋਰ ਰੂਪਾਂ ਵਿੱਚ ਵੀ ਕੁਝ ਪਰਿਵਰਤਨ ਦੇਖੇ ਜਾ ਚੁੱਕੇ ਹਨ ਜੋ ਇਸ ਵੈਰੀਐਂਟ ਵਿੱਚ ਉਹਨਾਂ ਦੀ ਸੰਭਾਵਿਤ ਭੂਮਿਕਾ ਬਾਰੇ ਕੁਝ ਹੱਦ ਤੱਕ ਸਮਝਣ ਵਿੱਚ ਮਦਦ ਕਰਦੇ ਹਨ ਅਖਬਾਰ ਇਹ ਵੀ ਕਹਿੰਦਾ ਹੈ ਕਿ ਮਿਸਾਲ ਵਜੋਂ ਐਨ 51 ਵਾਈਕਰੋਨਾ ਵਾਇਰਸ ਦੇ ਫੈਲਣ ਤੋਂ ਸੌਖਾ ਬਣਾਉਂਦੇ ਹਨ ਕੁਝ ਮਿਊਟੇਸ਼ਨ ਅਜਿਹੇ ਹੁੰਦੇ ਹਨ ਜੋ ਐਂਟੀਬਾਡੀ ਲਈ ਵਾਇਰਸ ਨੂੰ ਪਛਾਣਨਾ ਮੁਸ਼ਕਲ ਬਣਾਉਂਦੇ ਹਨ ਅਤੇ ਇਸ ਨਾਲ ਵੈਕਸੀਨ ਦਾ ਅਸਰ ਘੱਟ ਹੋ ਜਾਂਦਾ ਹੈ ਇਹ ਕਹਿਣਾ ਹੈ ਅਜੇ ਮੁਸ਼ਕਲ ਹੈ ਕਿ ਇਸ ਨਵੇਂ ਵਾਇਰਸ ਰੂਪ ਤੇ ਪੁਰਾਣੀ ਵੈਕਸੀਨ ਦਾ ਕੀ ਪ੍ਰਭਾਵ ਹੋਵੇਗਾ ਪਰ ਕੁਝ ਅਜਿਹੇ ਵੀ ਹਨ ਜੋ ਪੂਰੀ ਤਰ੍ਹਾਂ ਨਵੇਂ ਹਨ ਦੱਖਣੀ ਅਫਰੀਕਾ ਦੀ ਕੁਆਯੂਲੂ ਨਾਟਾਲ ਯੂਨੀਵਰਸਿਟੀ ਦੇ ਪ੍ਰੋਫੈਸਰ ਰਿਚਰਡ ਲੈਸੇਲ ਨੇ ਕਿਹਾ ਹੈ ਕਿ ਇਹਨਾਂ ਨੇ ਸਾਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਚਿੰਤਾਜ ਕਿ ਹੋ ਸਕਦਾ ਹੈ ਕਿ ਇਸ ਵਾਇਰਸ ਦੇ ਫੈਲਣ ਦੀ ਯੋਗਤਾ ਜ਼ਿਆਦਾ ਹੋਵੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਣ ਦੀ ਸਮਰੱਥਾ ਵਿੱਚ ਵਾਧਾ ਹੋਵੇ ਪਰ ਇਹ ਇਮਿਊਨ ਸਿਸਟਮ ਦੇ ਕੁਝ ਹਿੱਸਿਆਂ ਦੁਆਲੇ ਫੈਲਣ ਦੇ ਜੋਗ ਵੀ ਹੋ ਸਕਦਾ ਹੈ ਵਕ ਵਕ ਵੇਰੀਐਂਟਸ ਦੀਆਂ ਕਈ ਮਿਸਾਲਾਂ ਹਨ ਜੋ ਵੇਖਣ ਵਿੱਚ ਤਾਂ ਬਹੁਤ ਖਤਰਨਾਕ ਲੱਗਦੇ ਹਨ ਪਰ ਅਸਲ ਵਿੱਚ ਉਹਨਾਂ ਨੂੰ ਲੈ ਕੇ ਅਜਿਹਾ ਕੁਝ ਖਾਸ ਸਾਹਮਣੇ ਨਹੀਂ ਆਇਆ ਜਿਵੇਂ ਕਿ ਸ਼ੁਰੂ ਵਿੱਚ ਬੀਟਾ ਵੇਰੀਐਂਟ ਨੂੰ ਬਹੁਤ ਜ਼ਿਆਦਾ ਖਤਰਨਾਕ ਮੰਨਿਆ ਜਾ ਰਿਹਾ ਸੀ ਜੋ ਕਿ ਪ੍ਰਤੀਰੱਖਿਆ ਪ੍ਰਣਾਲੀ ਤੋਂ ਬਚਣ ਦੀ ਸਮਰੱਥਾ ਰੱਖਦਾ ਹੈ ਪਰ ਅਖਬਾਰ ਕਹਿੰਦਾ ਕਿ ਬਾਅਦ ਵਿੱਚ ਤੇਜ਼ੀ ਨਾਲ ਫੈਲਣ ਵਾਲੇ ਡੈਲਟਾ ਵੈਰੀਐਂਟ ਨੇ ਸਾਰੀ ਦੁਨੀਆ ਦੇ ਵਿੱਚ ਹਹਾਕਾਰ ਮਚਾ ਦਿੱਤੀ ਤਰਸੱਲੀ ਮਚਾ ਦਿੱਤੀ ਹਹਾਕਾਰ ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਰਵੀ ਗੁਪਤਾ ਜੀ ਕਹਿੰਦੇ ਹਨ ਕਿ ਬੀਟਾ ਸਿਰਫ ਪ੍ਰਤੀਰੱਖਿਆ ਪ੍ਰਣਾਲੀ ਤੋਂ ਬਚਣ ਵਾਲਾ ਸੀ ਹੋਰ ਕੁਝ ਵੀ ਨਹੀਂ ਜਦਕਿ ਡੈਲਟਾ ਪ੍ਰਤੀਰੱਖਿਆ ਪ੍ਰਣਾਲੀ ਤੋਂ ਬਚਣ ਵਿੱਚ ਉਸ ਤਰ੍ਹਾਂ ਨਾਲ ਤੇਜ਼ੀ ਨਹੀਂ ਸੀ ਇਸ ਬ੍ਰੈਕਟ ਦੇ ਵਿੱਚ ਉਹ ਲਿਖਦੇ ਕਿ ਨਵੇਂ ਵਿੱਚ ਇਹ ਦੋਵੇਂ ਗੁਣ ਵੱਡੇ ਪੱਧਰ ਤੇ ਮੌਜੂਦ ਹਨ ਇਸ ਬਾਰੇ ਇੱਕ ਸਪਸ਼ਟ ਤਸਵੀਰ ਲੈਬਾਰਟਰੀ ਵਿੱਚ ਵਿਗਿਆਨਿਕ ਅਧਿਐਨ ਨਾਲ ਹੀ ਪ੍ਰਾਪਤ ਹੋ ਸਕੇਗੀ ਪਰ ਵਾਇਰਸ ਦੀ ਨਿਗਰਾਨੀ ਕਰਨ ਨਾਲ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਹਨ ਵਧੇਰੇ ਤੇਜ਼ੀ ਨਾਲ ਮਿਲ ਸਕਦੇ ਹਨ ਹਾਲਾਂਕਿ ਕਿਸੇ ਵੀ ਨਤੀਜੇ ਤੇ ਪਹੁੰਚਣਾ ਅਜੇ ਜਲਦਬਾਜ਼ੀ ਹੋਵੇਗੀ ਪਰ ਅਜਿਹੇ ਸੰਕੇਤ ਮਿਲ ਰਹੇ ਹਨ ਜੇ ਚਿੰਤਾ ਦਾ ਕਾਰਨ ਬਣ ਰਹੇ ਹਨ ਯਾਓ ਹੁਣ ਜਾਣਦੇ ਹਾਂ ਕਿ ਇਹ ਜਿਹੜਾ ਨਵਾਂ ਇਨਸਾਨ ਦਾ ਦੁਸ਼ਮਣ ਹੈ ਜੋ ਚੈਲੰਜ ਕਰ ਰਿਹਾ ਹੈ ਨਵਾਂ ਵੈਰੀਐਂਟ ਇਹਦੇ ਮਾਮਲੇ ਦੱਖਣੀ ਅਫਰੀਕਾ ਦੇ ਗਾਉਟਿੰਗ ਖੇਤਰ ਸੂਬੇ ਵਿੱਚ 77 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ 77 ਇਸ ਤਰ੍ਹਾਂ ਬੁਰਸਵਾਨਾ ਵਿੱਚ 4 ਅਤੇ ਹਾਂਗਕਾਂਗ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਬ੍ਰੈਕਟ ਦੇ ਵਿੱਚ ਅਖਬਾਰ ਨੇ ਇਹ ਵੀ ਲਿਖਿਆ ਹੈ ਜੋ ਕਿ ਦੱਖਣੀ ਅਫਰੀਕਾ ਤੋਂ ਆਏ ਇੱਕ ਵਿਅਕਤੀ ਵਿੱਚ ਪਾਇਆ ਗਿਆ ਹੈ ਅਜਿਹੇ ਸੰਕੇਤ ਮਿਲੇ ਹਨ ਜੋ ਇਹ ਦੱਸਦੇ ਹਨ ਕਿ ਵਾਇਰਸ ਬਹੁਤ ਤੇਜ਼ੀ ਨਾਲ ਵਧਣ ਦੀ ਸਮਰੱਥਾ ਰੱਖਦਾ ਹੈ ਅਗੇਨ ਮੈਂ ਬ੍ਰੈਕਟ ਦੇ ਵਿੱਚ ਜਿਹੜੀਆਂ ਲਾਈਨਾਂ ਲਿਖੀਆਂ ਨੇ ਉਹਨਾਂ ਨੂੰ ਮੱਧ ਨਜ਼ਰ ਰੱਖਦੇ ਆਂ ਗੱਲ ਮੈਂ ਫੇਰ ਬੇਨਤੀ ਕਰ ਦੂਆ ਕਿ ਇਸ ਲੇਖ ਨੂੰ ਪੜਨ ਦਾ ਮਤਲਬ ਤੁਹਾਨੂੰ ਡਰਾਉਣਾ ਨਹੀਂ ਹੈ ਤੁਹਾਡੇ ਵਿੱਚ ਕੋਈ ਇਹਨੂੰ ਕਿਡ ਕਰਨਾ ਨਹੀਂ ਹੈ ਚੰਚਿੰਤਾ ਵਿੱਚ ਪਾਉਣਾ ਨਹੀਂ ਹੈ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਸਾਵਧਾਨ ਹੋਣਾ ਚਾਹੀਦਾ ਹੈ ਕੁਝ ਚੀਜ਼ਾਂ ਅਸੀਂ ਭੁੱਲ ਗਏ ਆ ਜਿਹੜੀਆਂ ਅਸੀਂ ਸ਼ੁਰੂ-ਸ਼ੁਰੂ ਵਿੱਚ ਕਰਦੇ ਸਾਂ ਉਹਨਾਂ ਨੂੰ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਅਜਿਹੇ ਸੰਕੇਤ ਮਿਲੇ ਹਨ ਜੋ ਇਹ ਦੱਸਦੇ ਹਨ ਕਿ ਇਹ ਨਵਾਂ ਖਤਰਨਾਕ ਵਾਇਰਸ ਬਹੁਤ ਤੇਜ਼ੀ ਨਾਲ ਵਧਣ ਦੀ ਸਮਰੱਥਾ ਰੱਖਦਾ ਹੈ ਆਮ ਟੈਸਟਾਂ ਵਿੱਚ ਜੋ ਨਤੀਜੇ ਮਿਲੇ ਜਾਂਦੇ ਹਨ ਉਹਨਾਂ ਦੀ ਵਰਤੋਂ ਪੂਰਾ આનੁਵੰਸ਼ਿਕ ਵਿਸ਼ਲੇਸ਼ਣ ਕੀਤੇ ਬਿਨਾ ਵੇਰੀਐਂਟ ਨੂੰ ਟਰੈਕ ਕਰਨ ਲਈ ਕੀਤੀ ਜਾ ਸਕਦੀ ਹੈ ਇਸ ਦਾ ਮਤਲਬ ਇਹ ਹੈ ਕਿ ਗਾਉਟਿੰਗ ਵਿੱਚ ਮਿਲੇ 90% ਮਾਮਲਿਆਂ ਵਿੱਚ ਇਹ ਵੇਰੀਐਂਟ ਹੈ ਅਤੇ ਹੋ ਸਕਦਾ ਹੈ ਕਿ ਇਹ ਦੱਖਣੀ ਅਫਰੀਕਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੋਵੇ ਪਰ ਇਹਨਾਂ ਸਾਰੀਆਂ ਗੱਲਾਂ ਨਾਲ ਇਹ ਨਹੀਂ ਪਤਾ ਚੱਲਦਾ ਕਿ ਕੀ ਇਹ ਡੈਲਟਾ ਨਾਲੋਂ ਵਧੇਰੇ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਉੱਪਰ ਵੈਕਸੀਨ ਦਾ ਕੀ ਅਸਰ ਹੁੰਦਾ ਹੈ ਇਸ ਨਾਲ ਇਹ ਵੀ ਪਤਾ ਨਹੀਂ ਚੱਲਦਾ ਹੈ ਕਿ ਵੈਰੀਅਨ ਉਹਨਾਂ ਦੇਸ਼ਾਂ ਵਿੱਚ ਕਿੰਨੀ ਤੇਜ਼ੀ ਨਾਲ ਫੈਲੇਗਾ ਜਿਨ੍ਹਾਂ ਦੀ ਵੈਕਸੀਨੇਸ਼ਨ ਦਰ ਦੱਖਣੀ ਅਫਰੀਕਾ ਦੀ 24% ਵੈਕਸੀਨੇਸ਼ਨ ਦਰ ਤੋਂ ਕਿਤੇ ਜ਼ਿਆਦਾ ਹੈ ਹਾਲਾਂਕਿ ਇੱਕ ਗੱਲ ਇਹ ਵੀ ਹੈ ਅਖਬਾਰ ਕਹਿੰਦਾ ਹੈ ਕਿ ਅਫਰੀਕਾ ਵਿੱਚ ਜ਼ਿਆਦਾਤਰ ਲੋਕ ਇਸ ਮਹਾਮਾਰੀ ਨਾਲ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੀੜਤ ਹੋ ਚੁੱਕੇ ਹਨ ਇਸ ਤਰ੍ਹਾਂ ਹੁਣ ਸਾਡੇ ਸਾਹਮਣੇ कोरोना ਦਾ ਇੱਕ ਨਵਾਂ ਵੈਰੀਐਂਟ ਹੈ ਜਿਸ ਬਾਰੇ ਅਜੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਹੈ ਅਤੇ ਜਿਸ ਨੂੰ ਚੰਗੀ ਤਰ੍ਹਾਂ ਜਾਂਚੇ ਜਾਣ ਦੀ ਵੀ ਲੋੜ ਹੈ ਨਾਲ ਹੀ ਅਖਬਾਰ ਨੇ ਇਹ ਲਿਖਿਆ ਹੈ ਕਿ ਇਹਨਾਂ ਸਵਾਲਾਂ ਦੇ ਜਵਾਬ ਜਾਣਨ ਦੀ ਵੀ ਲੋੜ ਹੈ ਕਿ ਕੀ ਕੀਤਾ ਜਾਵੇ ਅਤੇ ਕਦੋਂ ਕੀਤਾ ਜਾਵੇ ਮਹਾਂਮਾਰੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਿਆ ਹੈ ਕਿ ਤੁਸੀਂ ਸਵਾਲਾਂ ਦੇ ਜਵਾਬ ਮਿਲਣ ਦਾ ਇੰਤਜ਼ਾਰ ਨਹੀਂ ਕਰ ਸਕਦੇ ਹੁਣ ਹਦਾਇਤਾਂ ਹੋਈਆਂ ਨੇ ਵੱਖ-ਵੱਖ ਦੇਸ਼ਾਂ ਵੱਲੋਂ ਭਾਰਤ ਤੇ ਯੂਕੇ ਵੱਲੋਂ ਵੀ ਹਦਾਇਤਾਂ ਨੇ ਇਸ ਵੈਰੀਐਂਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਨੇ ਕੱਲ ਭਾਪ ਸ਼ੁੱਕਰਵਾਰ ਹੈ ਅੱਜ ਤੇ ਵੀਰਵਾਰ ਨੂੰ ਸੂਬਿਆਂ ਨੂੰ ਹਦਾਇਤਾਂ ਜਾਰੀ ਕੀਤੀ ਹੈ ਕਿ ਉਹ ਦੱਖਣੀ ਅਫਰੀਕਾ ਹਾਂਗਕਾਂਗ ਅਤੇ ਬੋਟਸਵਾਨਾ ਤੋਂ ਆਉਣ ਜਾਣ ਵਾਲੇ ਯਾਤਰੀਆਂ ਦੀ ਸਖਤੀ ਨਾਲ ਜਾਂਚ ਕਰਨ ਅਤੇ ਉਹਨਾਂ ਦੇ ਟੈਸਟ ਕਰਨ ਸਿਹਤ ਸਕੱਤਰ ਭਾਰਤੀ ਰਾਜੇਸ਼ ਪੂਸ਼ ਨੇ ਸੂਬਿਆਂ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੀ ਕਿ ਚਿੱਠੀ ਵਿੱਚ ਕਹਿ ਦਿੱਤਾ ਹੈ ਕਿ ਭਾਰ ਦੇ ਨੈਸ਼ਨਲ ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਨ ਸੀ ਡੀ ਸੀ ਨੇ ਸਰਕਾਰਾਂ ਨੂੰ ਸੂਚਨਾ ਦਿੱਤੀ ਹੈ ਕਿ ਬੋਟਸਵਾਨਾ ਦੱਖਣੀ ਅਫਰੀਕਾ ਅਤੇ ਹਾਂਗਕਾਂਗ ਵਿੱਚ ਨਵੇਂ ਕੋਵਿਡ-19 ਵੈਰੀਐਂਟ ਬੀ11529 ਦੇ ਕਈ ਮਾਮਲੇ ਦਰਜ ਕੀਤੇ ਗਏ ਨੇ ਹੈ ਨਾ ਚਿੰਤਾ ਵਾਲੀ ਗੱਲ ਇਸ ਨਵੇਂ ਵੈਰੀਐਂਟ ਦਾ ਮਿਊਟੇਸ਼ਨ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਹੈ ਇਸ ਲਈ ਇਹਨਾਂ ਦੇਸ਼ਾਂ ਤੋਂ ਯਾਤਰਾ ਕਰਨ ਵਾਲੇ ਅਤੇ ਟ੍ਰਾਂਜੀਸ਼ਨ ਜਿਹੜੀਆਂ ਨੇ ਫਾਈਨੈਂਸ਼ੀਅਲ ਜਿਹੜੀਆਂ ਨੇ ਉਹ ਆਪ ਫਲਾਈਟਾਂ ਲੈਣ ਵਾਲੇ ਜਿਹੜੇ ਨੇ ਉਹ ਅੰਤਰਰਾਸ਼ਟਰੀ ਯਾਤਰੀ ਐਟ ਰਿਸਕ ਸ਼੍ਰੈਣੀ ਦਾ ਹਿੱਸਾ ਹਨ ਲਓ ਕਰ ਲੋ ਗੱਲ ਉਹਨਾਂ ਦੀ ਸਖਤ ਜਾਂਚ ਤੇ ਟੈਸਟ ਲਾਜ਼ਮੀ ਹੈ ਸਿਹਤ ਮੰਤਰਾਲੇ ਨੇ ਭਾਰਤ ਨੇ ਇਹ ਵੀ ਕਿਹਾ ਹੈ ਕਿ ਯਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ ਇਹਨਾਂ ਅੰਤਰਰਾਸ਼ਟਰੀ ਯਾਤਰੀਆਂ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਬਹੁਤ ਧਿਆਨ ਨਾਲ ਟਰੈਕ ਤੇ ਟੈਸਟ ਕੀਤਾ ਜਾਣਾ ਚਾਹੀਦਾ ਦੂਜੇ ਪਾਸੇ ਇਸ ਨਵੇਂ ਵੇਰੀਐਂਟ ਲੈ ਕੇ ਸਾਹਮਣੇ ਆ ਰਹੀਆਂ ਚੇਤਾਵਨੀਆਂ ਵਿੱਚਕਾਰ ਬਰਟੇਨ ਨੇ ਸ਼ੇ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੀਆਂ ਹਵਾਈ ਉਡਾਨਾਂ ਤੇ ਪਾਬੰਦੀ ਲਗਾ ਦਿੱਤੀ ਹੈ ਤੇ ਤੁਸੀਂ ਇਹ ਵੀ ਸੁਣਿਆ ਹੈ ਕਿ ਕੈਨੇਡਾ ਤੇ ਅੱਜ ਸਾਡੇ ਦੇਸ਼ ਨੇ ਅੱਜ ਸਵੇਰੇ ਫੈਸਲਾ ਲਿਆ ਹੈ ਕਿ ਜਿਹੜੇ ਦੇਸ਼ ਦੇ ਵਿੱਚੋਂ ਆਏ ਨੇ ਜਾਂ ਗਏ ਨੇ ਉਹਨਾਂ ਤੇ ਵੀ ਉਹਨਾਂ ਨੂੰ ਇਕਾਂਤ ਵਸ ਰੱਖਿਆ ਜਾਵੇਗਾ ਤੇ ਉਹਨਾਂ ਦੇ ਵੀ ਟੈਸਟ ਕਰਾਉਣੇ ਹੁਕਮ ਚਾਰ ਦਿੱਤੇ ਨੇ ਸੋ ਇਹ ਤੁਸੀਂ ਸੁਣਿਆ ਇੱਕ ਲੰਬਾ ਚੌੜਾ ਜਿਹਾ ਲੇਖ ਇੱਤੇ ਪੜਦੇ ਸਾਡੇ ਕੋਈ ਗਲਤੀ ਹੋ ਗਈ ਹੋਵੇ ਇਸ ਨੂੰ ਇਹ ਪਰਮਿਸ਼ਨ ਦੇ ਤੌਰ ਤੇ ਲੈਣਾ ਮੈਂ ਅਗੇਨ ਬੇਨਤੀ ਕਰਦੇ ਹਾਂ ਪੜਦਿਆਂ ਹੋਏ ਆ ਗਲਤੀ ਤਾਂ ਹੋਈ ਹੈ ਪਰ ਇਸ ਨੂੰ ਇਹ ਨਾ ਸੋਚੋ ਕਿ ਇਹ ਡਰਾਉਣ ਵਾਲਾ ਹੈ ਜਾਂ ਪੈਨਿਕ ਕਰਨ ਵਾਲਾ ਹੈ ਇਹ ਸਾਨੂੰ ਇਥੇ ਸਾਵਧਾਨ ਤੇ ਸੁਚੇਤ ਹੋਣਾ ਚਾਹੀਦਾ ਜੇ ਇਸਲਾ ਅਸੀਂ ਕੋਈ ਸਟੈਪ ਚੁੱਕਣ ਲੱਗੇ ਹਾਂ ਜਾਣਾ ਹੈ ਕਿਤੇ ਹੋਣਾ ਹੈ ਖਿਆਲ ਰੱਖਣਾ ਪਵੇਗਾ ਸਾਨੂੰ ਅਤੇ ਸਾਨੂੰ ਸੈਨੀਟਾਈਜ਼ਰ ਮਾਸਕ ਗਲਵਜ਼ ਜ਼ਰੂਰ ਅਜੇਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਸਾਡੇ ਸਰੀਰ ਸਾਡੇ ਇਹ ਅੰਗ ਦਾ ਹਿੱਸਾ ਬਣ ਗਏ ਨੇ ਸਾਡੀ ਰੋਜ਼ਮਰਾਂ ਜ਼ਿੰਦਗੀ ਦਾ ਹਿੱਸਾ ਬਣ ਗਏ